उसे सुन रहे हो चावला न्यूज नेटवर्क टोरंटो CNN टोरंटो। OMG टू चर्चा च है। उसके डायरेक्टर विवेक रंजन अग्निहोत्री ने सेंसर बोर्ड से जताया इतराज, किया फिल्म विच 25 बदलाव कर लिया है। चावला साहब OMG टू जिहड़ी फिल्म है शहीद जसवंत सिंह खालड़ा वाली दे विच सारे कट मारन नूं किया, इहदे ते 25 बदलाव ही है। जसवंत सिंह खालड़ा वाली फिल्म दी ते तुसीं कमाल करदे नौ लैके। सुखबीर बादल कहिंदे आ भी सारे कट्टां तों बिना रिलीज़ करो इस फिल्म नूं, ते ओह भुल गए ना जी भी खालड़ा दे खिलाफ तुसीं भी तां उम्मीदवार खड़ाया सीगा उत्थों दी मैडम उहदी मिस्से दे खिलाफ। इहनां दी श्रोमणी अकाली दल दी ओह मनुखी अधिकार विंग दा कारकुन सी, उच्चे अहुदे ते सी, जिन्हां पता ही नहीं पुछिया उहदा परिवार दा। मतलब जे ओह खडूर साहब तों खड़दी है ना उहदी उहदी जिहड़ी कि मिसेज खालड़ा हैगे चावला साहब, उहदे खिलाफ खड़ा आंदे आ अपनी उम्मीदवार खड़ी सी ना जगीर कौर, खड़ी सी बीबी जगीर, बिल्कुल ते ओह खड़ गई ना फिर उत्थे, ते खड़ गई ते हुण कहिंदे आ जी बिना कट तों चलाओ इह फिल्म। ते गल करदे आ आपां OMG 2 दी, इहदे विच ना जी चावला साहब असल च की आ कि आपां पहले वी गल कीती सी कि जिहड़ा अक्षय कुमार आ उस नूं ਵੱਖੋ ਵੱਖਰੇ ਦੁਨਿਆਵੀ ਕੰਮ ਕਰਦੇ ਦਿਖਾਇਆ ਗਿਆ ਹੈਗਾ, ਅਤੇ ਜਿਵੇਂ ਪਹਿਲਾਂ ਵੀ ਕਚੌਰੀਆਂ ਖੀਰ ਦਿਖਾਇਆ ਗਿਆ ਉਹਨੂੰ, ਹੋਰ ਕਈ ਤਰ੍ਹਾਂ ਦੇ। ਇਹ ਨਾ ਜਿਹੜਾ ਜਿਹੜਾ ਵਿਵੇਕ ਰੰਜਨ ਅਗਨੀਹੋਤਰੀ ਹੈ ਨਾ ਜੀ, ਇਹ ਵੈਸੇ ਜਿਹੜਾ ਨਾ ਇਹ ਫਿਲਮ ਇੰਡਸਟਰੀ ਦੀ ਜਿਹੜੀ ਕਿ ਹੁੰਦੀ ਹੈ ਨਾ ਸੰਸਥਾ ਹੈਗੀ ਆ, ਉਹਦਾ ਮੈਂਬਰ ਵੀ ਹੈਗਾ ਇਹ, ਅਤੇ ਇਹ ਹੈ ਬੰਦਾ ਇਹ ਭਾਜਪਾ ਨਾਲ ਸੰਬੰਧਿਤ ਹੈ। ਪਰ ਕਮਾਲ ਦੀ ਗੱਲ ਹੈ ਕਿ ਕੁਝ ਮਹੰਤਾਂ ਨੇ ਕੁਝ ਪੁਜਾਰੀਆਂ ਨੇ ਇਸ ਫਿਲਮ ਦੇ ਖਿਲਾਫ ਕਾਫੀ ਕੁਝ ਬੋਲਿਆ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਫਿਰ ਉਹਨੇ ਕਹਿਤਾ ਕਿ ਇਹਦੇ 'ਚ ਤੁਸੀਂ ਅਕਸ਼ੇ ਕੁਮਾਰ ਨੂੰ ਸ਼ਿਵਜੀ ਨਾ ਦਿਖਾਓ, ਸ਼ਿਵਜੀ ਦਾ ਦਿਖਾ ਦਿਓ ਸ਼ਰਧਾਲੂ, ਸਾਰੀ ਫਿਲਮ ਹੀ ਡੈਮੇਜ ਹੋ ਜਾਣੀ ਹੈ। ਫਿਰ ਕਹਿੰਦੇ ਜੇ ਇੱਦਾਂ ਹੋਏਗਾ, ਉਹ ਕਹਿੰਦੇ ਵੀ ਨਹੀਂ 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 ਇਹ ਹੁਣ ਅਦੀ ਇਹ ਰੰਜਨ ਜਿਹੜਾ ਅਗਨੀਹੋਤਰੀ ਆ ਉਸਨੂੰ ਦੁੱਖ ਲੱਗਿਆ, ਹੁਣ ਜਦੋਂ ਆਪਣੀ ਫਿਲਮ 'ਤੇ ਆ ਗਿਆ ਨਾ ਦੂਜੀਆਂ ਫਿਲਮਾਂ 'ਤੇ ਤਾਂ ਉਹ ਕੱਟ ਫਰਾਬਰ ਮਾਰਦੇ ਆ। ਉਹ ਕਹਿੰਦਾ ਨਹੀਂ ਨਹੀਂ ਸੈਂਸਰ ਬੋਰਡ ਦੀ ਲੋੜ ਹੀ ਨਹੀਂ ਹੈਗੀ, ਕਹਿੰਦੇ ਇੱਥੇ ਸੈਂਸਰ ਬੋਰਡ ਦੀ ਕੀ ਲੋੜ ਆ, ਸੈਂਸਰ ਬੋਰਡ ਨੇ ਕਹਿੰਦਾ ਇੰਨੇ ਕੱਟ ਜੇ ਕਰਤੇ 25 ਕੱਟ ਮਾਰਤੇ ਫਿਲਮ 'ਚ ਰਹਿ ਕੀ ਗਿਆ, ਉਹ ਵੀ ਖਤਮ ਹੋ ਗਈ ਫਿਲਮ ਦੀ। ਤਾਂ ਸੈਂਸਰ ਬੋਰਡ ਨੂੰ ਹੀ ਨਕਾਰਾ ਕਰ ਦਿੱਤਾ ਉੱਥੇ ਅਗਨੀਹੋਤਰੀ ਸਾਹਿਬ ਨੇ, ਅਤੇ ਜਦੋਂ ਆਪਣੇ 'ਤੇ ਪੈਂਦੀ ਹੈ ਚਾਵਲਾ ਸਾਹਿਬ ਸੱਟ ਇੱਦਾਂ ਹੀ ਲੱਗਦੀ ਹੈ ਨਾ ਜੇ ਆਪਣੀ ਗੱਲ 'ਤੇ ਪੈਂਦੀ ਹੈ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।